ਅਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ ਰਾਦੇ 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 ਸ਼ਾਮ ਅੱਜ ਮੇਰੀ ਲਾਈਫ ਦਾ ਮੈਨੂੰ ਲੱਗਦਾ ਹੈ ਸਭ ਤੋਂ ਖੁਸ਼ੀ ਵਾਲਾ ਦਿਨ ਹੈ ਔਰ ਇਹ ਉਸ ਹਰ ਇਨਸਾਨ ਲਈ ਖੁਸ਼ੀ ਵਾਲਾ ਦਿਨ ਹੈ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਔਰ ਤੁਸੀਂ ਸਾਰੇ ਸਮਝ ਹੀ ਗਏ ਹੋਗੇ ਕਿ ਮੇਰੀ ਖੁਸ਼ੀ ਵਾਲਾ ਦਿਨ ਕਿਉਂ ਹੈ ਇਹ ਇਸ ਲਈ ਹੈ ਕਿਉਂਕਿ ਇੱਕ ਜ਼ਰੀਆ ਫਾਊਂਡੇਸ਼ਨ ਦੀ ਫਾਈਨਲੀ ਜਗ੍ਹਾ ਬਣ ਗਈ ਹੈ ਤੇ ਆਪਣੇ ਆਪ ਨੂੰ ਮੁਬਾਰਕਬਾਦ ਦਿਓ ਗੁਰੂ ਘਰ ਮੱਥਾ ਟੇਕ ਕੇ ਆਇਓ ਕਿਉਂਕਿ ਤੁਹਾਡੀਆਂ ਕੀਤਿਆਂ ਅਰਦਾਸਾਂ ਜਿਹੜੀਆਂ ਉਹਦੇ ਸਦਕਾ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਸੇਵਾ ਨਿਵਾ ਸਕੀਏ ਮੇਰੇ ਕੋਲ ਸ਼ਬਦ ਨਹੀਂ ਹੈ ਮੈਂ ਦੁਨੀਆ 'ਚ ਬੈਠੀ ਦੂਰ ਦੂਰ ਤੱਕ ਏਕ ਜ਼ਰੀਆ ਨੂੰ ਪਿਆਰ ਕਰਨ ਵਾਲੀ ਇਨਸਾਨੀਤ ਨੂੰ ਪਿਆਰ ਕਰਨ ਵਾਲੀ ਸੰਗਤ ਨੂੰ ਹੱਥ ਜੋੜ ਕੇ ਦੋਨੋਂ ਹੱਥਾਂ ਨਾਲ ਧੰਨਵਾਦ ਕਰਦਾ ਔਰ ਸਭ ਤੋਂ ਵੱਡਾ ਧੰਨਵਾਦ ਉਸ ਅਕਾਲ ਪੁਰਖ ਦਾ ਉਸ ਵਾਹਿਗੁਰੂ ਦਾ ਜਿਹਨੂੰ ਮਹਿਸੂਸ ਕਰ ਸਕਦੇ ਆ ਪਰ ਨਾਮ ਨਹੀਂ ਜਾਣਦੇ ਕੋਈ ਉਹਨੂੰ ਵਾਇਗਰੂ ਕਹਿ ਰਿਹਾ ਹੈ ਕੋਈ ਉਹਨੂੰ ਪ੍ਰਭੂ ਰਾਮ ਕਹਿ ਰਿਹਾ ਹੈ ਕੋਈ ਰਾਧਾ ਰਾਣੀ ਕਹਿ ਰਿਹਾ ਹੈ ਕੋਈ ਅੱਲਾ ਦੇ ਨਾਮ ਤੋਂ ਜਾਣਦਾ ਤਾਂ ਪਰ ਇਹ ਹੈ ਇੱਕੋ ਗੋਡ ਇਜ਼ ਵਨ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਧੰਨਵਾਦ ਉਹਨਾਂ ਲੋਕਾਂ ਦਾ ਉਹਨਾਂ ਰੱਬ ਰੂਪੀ ਡੋਨਰਸ ਦਾ ਜਿਨ੍ਹਾਂ ਨੇ ਇਹ ਜਗ੍ਹਾ ਲੈਣ ਦੇ ਵਿੱਚ ਜਿਹੜਾ ਇਹ ਸਾਥ ਦਿੱਤਾ ਰਜਿੰਦਰ ਰਵਿੰਦਰ ਜੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮੈਨੂੰ ਵੈਸੇ ਇਹ ਨਾਮ ਲੈਣ ਲਈ ਉਹਨਾਂ ਨੇ ਮਨਾਂ ਕੀਤਾ ਸਾਰਿਆਂ ਨੇ ਪਰ ਮੈਂ ਉਹਨਾਂ ਲੋਕਾਂ ਨੂੰ ਖਾਸ ਇੱਕ ਹੱਥ ਜੋੜ ਕੇ ਅਪੀਲ ਕਰਨਾ ਚਾਹਨਾ ਇੱਕ ਥੈਂਕ ਯੂ ਕਰਨਾ ਚਾਹਨਾ ਕਿ ਤੁਸੀਂ ਮੇਰੇ ਤੇ ਯਕੀਨ ਕੀਤਾ ਇੱਕ 26 ਸਾਲ ਦਾ ਨੌਜਵਾਨ ਮੁੰਡਾ ਉਹਦੇ ਲਈ ਸਭ ਤੋਂ ਔਖਾ ਕੰਮ ਹੁੰਦਾ ਹੈ ਕਿ ਇਹ ਵਿਸ਼ਵਾਸ ਕਰਾਣਾ ਲੋਕਾਂ ਤੇ ਕਿ ਮੈਂ ਸੱਚੇ ਦਿਲੋਂ ਕੁਝ ਕਰਨਾ ਚਾਹਨਾ ਔਰ ਮੇਰੀ ਸ਼ਕਲ ਤੇ ਮੇਰੇ ਕੱਪੜਿਆਂ ਤੇ ਹਮੇਸ਼ਾ ਹੀ ਸਵਾਲ ਉੱਠਦੇ ਰਹੇ ਨੇ ਕਿ ਇਹ ਫੋਕਰਾ ਇਹ ਕੱਪੜੇ ਦੇਖ ਲਓ ਇਹ ਕਿੱਥੋਂ ਪੈਸੇ ਲਿਆਂਦਾ ਪਰ ਫਿਰ ਵੀ ਰਵਿੰਦਰ ਜੀ ਨੇ ਨਵੀਨ ਬਾਉ ਜੀ ਕਿਹੜੀ ਫੈਬਰਿਕ ਤੋਂ ਉਹਨਾਂ ਨੇ ਨਵੀਨ ਬਾਉ ਜੀ ਅਹਿਮਦਗੜ੍ਹ ਤੋਂ ਸੂਟਾਂ ਦੀ ਸ਼ਾਪ ਹੈ ਉਹਨਾਂ ਦੀ ਉਹਨਾਂ ਨੇ ਕੇਤਨ ਵੀਰਾ ਕੇਬੀ ਟਾਇਰ ਤੋਂ ਤੇ ਹੋਰ ਲੰਬੀ ਲਿਸਟ ਹੈ ਮੈਂ ਇਹਨਾਂ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਇਹ ਤੁਹਾਡੇ ਸਾਰਿਆਂ ਦੇ ਸਾਥ ਕਰਕੇ ਹੋਇਆ ਔਰ ਮੇਰੀ ਟੀਮ ਮੇਰੇ ਸਚਿਨ ਬਾਜੀ ਉਹ ਚਲੋ ਉਸ ਟਾਈਮ ਬੀਜ਼ੀ ਨੇ ਜਗਾ ਦੀ ਰਜਿਸਟਰੀ ਦੇ ਵਿੱਚ ਤੇ ਉਹਨਾਂ ਦਾ ਬਹੁਤ ਵੱਡਾ ਸਾਥ ਹੈ ਇਸ ਜਗਾ ਦੇ ਵਿੱਚ ਮੇਰੇ ਪਿਓ ਵਾਂਗੂ ਉਹਨਾਂ ਨੇ ਹਮੇਸ਼ਾ ਮੈਨੂੰ ਰੱਖਿਆ ਨਾਲ ਔਰ અપਾਰ ਬਾਜੀ ਮਤਲਬ ਮੈਨੂੰ ਉਹਨਾਂ ਨੇ ਮੇਰੇ ਤੋਂ ਵੱਡੇ ਨੇ ਦੋਨੋਂ 15 15 10 10 ਸਾਲ ਮੇਰੇ ਤੋਂ ਵੱਡੇ ਨੇ ਪਰ ਮੈਨੂੰ ਕਦੀ ਭਾਜੀ ਤੋਂ ਬਗੈਰ ਉਹਨਾਂ ਨੇ ਬੁਲਾਇਆ ਨਹੀਂ ਪ੍ਰਿਊ ਵੀਰਾ ਮੰਥਨ ਵੀਰਾ ਸਾਡੀ ਪੂਰੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਦੀ ਜਿਹੜੀ ਫਿਲਹਾਲ ਹੁਣ ਨਾਲ ਕੰਮ ਕਰ ਵੀ ਰਹੀ ਹੈ ਜਾਂ ਛੱਡ ਕੇ ਜਾ ਚੁੱਕੀ ਹੈ ਜਾਂ ਕੋਈ ਵੀ ਗੱਲਾਂ ਨੇ ਤੁਹਾਡਾ ਸਭ ਦਾ ਇੱਕ ਇੱਕ ਤਣਕਾ ਇੱਕ ਇੱਕ ਸਮਾਂ ਦਿੱਤਾ ਇਸ ਐਨ ਜੀਓ ਨੂੰ ਸਫਲ ਹੋ ਚੁੱਕਾ ਹੈ ਇੱਕ ਜ਼ਰੀਆ ਫਾਊਂਡੇਸ਼ਨ ਦੀ ਫਾਈਨਲੀ ਜਗ੍ਹਾ ਬਣ ਗਈ ਹੈ ਤੇ ਜਗ੍ਹਾ ਦੀ ਜਿਹੜੀ ਰਜਿਸਟਰੀ ਹੈ ਉਹ ਇੱਕ ਜ਼ਰੀਆ ਫਾਊਂਡੇਸ਼ਨ ਦੇ ਨਾਮ ਹੋਈ ਹੈ ਇਹ ਜਿਹੜੀ ਹੁਣ ਇੱਕ ਰਜ਼ੀਆ ਫਾਊਂਡੇਸ਼ਨ ਬਣ ਰਹੀ ਹੈ ਇਹਨੂੰ ਹੁਣ ਆਪਾਂ ਬਣਾਉਣਾ ਸਾਰਿਆਂ ਨੇ ਰਲ ਮਿਲ ਕੇ ਔਰ ਜਿਹੜੀ ਇਹ ਜਗਾ ਬਣਾਣੀ ਹੈ ਇੱਕ ਇੱਕ ਇੱਟ ਤੋਂ ਲੈ ਕੇ ਸਰੀਆ ਰੇਤਾ ਕਮਰੇ ਇਹਨੂੰ ਜਿਹੜਾ ਤਿਆਰ ਕਰਨਾ ਹੈ ਇੱਕ ਤਰ੍ਹਾਂ ਦਾ ਇਹ ਤੀਰਥ ਬਣ ਰਿਹਾ ਇਹ ਵੀ ਇੱਕ ਤਰ੍ਹਾਂ ਦਾ ਗੁਰੂ ਘਰ ਹੈ ਕਿਉਂ ਕਿ ਅਸੀਂ ਗੁਰੂ ਘਰ ਜਾਣੇ ਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਥੈਂਕ ਯੂ ਕਰਨ ਇਹ ਆਪਣੇ ਦੁੱਖ ਲੈ ਕੇ ਇੱਥੇ ਵੀ ਲੋਕ ਜਿਹੜਾ ਉਹ ਆਪਣੇ ਦੁੱਖ ਲੈ ਕੇ ਆਣਗੇ ਜਿਨ੍ਹਾਂ ਨੂੰ ਕੋਈ ਮੈਡੀਕਲੀ ਦਿੱਕਤ ਹੋਏਗੀ ਜਾਂ ਮੈਡੀਕਲੀ ਲੋਡ ਹੋਏਗੀ ਤੇ ਉਹਨਾਂ ਦੀ ਮਦਦ ਸੰਗਤ ਦੇ ਰੂਪ ਦੇ ਵਿੱਚ ਡੋਨਰਾਂ ਨਹੀਂ ਕਰ ਰਹੀਆਂ ਔਰ ਇਹ ਦੁਨੀਆ ਦੀ ਪਹਿਲੀ ਜਗ੍ਹਾ ਬਣਨ ਜਾ ਰਹੀ ਹੈ ਜਿਹੜੀ ਲੋਕਾਂ ਨੂੰ ਇੰਨੀ ਵੱਡੀ ਪੱਧਰ ਤੇ ਮਦਦ ਦੇਗੀ ਜਿਹਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਤੁਸੀਂ 8 ਸਾਲਾਂ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਦੀ ਵੀਡੀਓਜ਼ ਦੇਖੀ ਹੈ ਕਈ ਮਰੀਜ਼ ਐਸੇ ਸਾਡੇ ਕੋਲ ਆਏ ਨੇ ਜਿਹੜੇ 2-2 ਸਾਲਾਂ ਤੋਂ ਘਰੇ ਬੈੱਡ ਤੇ ਬੈਠੇ ਸੀ 2-2 3-3 ਲੱਖ ਰੁਪਏ ਦਾ ਡਾਕਟਰਾਂ ਨੇ ਉਹਨਾਂ ਨੂੰ ਇਲਾਜ ਦੱਸਿਆ ਸੀ ਕਰਾ ਨਹੀਂ پا ਰਹੇ ਸੀ ਔਰ ਉਹਨਾਂ ਦਾ ਇਲਾਜ ਫ੍ਰੀ ਹੋਇਆ ਉਹ ਕਿਵੇਂ ਹੋਇਆ ਗਾਈਡੈਂਸ ਨਾਲ ਨੌਲੇਜ ਨਾਲ ਉਹਨਾਂ ਨੂੰ ਗਾਈਡ ਕਰਨ ਦੇ ਨਾਲ ਇਹ ਗਾਈਡੈਂਸ ਸੈਂਟਰ ਬਣ ਰਿਹਾ ਇੱਥੇ ਲੋਕਾਂ ਨੂੰ ਫਰੀ ਦਵਾਈ ਮਿਲੇਗੀ ਲੋੜਵੰਦ ਲੋਕਾਂ ਨੂੰ ਸਿਰਫ ਜਿਹੜੇ ਲੋਕ ਲੋੜਵੰਦ ਹੋਣਗੇ ਪੰਜਾਬ ਭਰ ਦੇ ਵਿੱਚੋਂ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਣਗੇ ਉਹ ਕੋਈ ਵੀ ਇੱਥੇ ਆ ਸਕਦਾ ਉਹਦੀ ਸਾਰੇ ਇਲਾਜ ਦੀ ਜ਼ਿੰਮੇਵਾਰੀ ਸਾਡੀ ਟੀਮ ਏਕ ਜ਼ਰੀਆ ਫਾਊਂਡੇਸ਼ਨ ਚੱਕੇਗੀ ਉਹਦਾ ਇਲਾਜ ਹੈ ਜਿਹੜਾ ਉਹ ਅਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਜਿਹੜਾ ਸਰਕਾਰੀ ਅਦਾਰਿਆਂ ਦੇ ਵਿੱਚੋਂ ਕਰਾਇਆ ਜਾਵੇ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ 'ਚ ਬੜੀ ਵਾਰੀ ਕਿਹਾ ਕਿ ਕੋਈ ਵੀ ਐਨਜੀਓ ਦੁਨੀਆ ਦੀ ਜਿੰਨੀ ਮਰਜ਼ੀ ਵੱਡੀ ਹੋ ਜਵੇ ਜਿੰਨੀ ਮਰਜ਼ੀ ਦੁਨੀਆ ਦਾ ਵੱਡਾ ਫੰਡ ਉਹਦੇ ਕੋਲ ਆ ਜਾਵੇ ਉਹ ਲੋਕਾਂ ਦੀ ਜਿਹੜੀ ਜਨਸੰਖਿਆ ਹੈ ਜਾਂ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਕੰਟਰੋਲ 'ਚ ਉਹਨਾਂ ਦੀ ਹੈਲਪ ਨਹੀਂ ਕਰ ਸਕਦੀ 150 ਕਰੋੜ ਦੀ ਆਬਾਦੀ ਸਾਡੇ ਭਾਰਤ ਦੇਸ਼ ਦੀ ਤਕਰੀਬਨ ਹੋ ਚੁੱਕੀ ਹੈ ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਭਾਰਤ ਸਾਡਾ ਬਣ ਚੁੱਕਾ ਹੈ ਆਬਾਦੀ ਜ਼ਿਆਦਾ ਹੋਣ ਕਰਕੇ ਜਿਹੜਾ ਕੰਮ ਹੈ ਇਹ ਸਰਕਾਰਾਂ ਦਾ ਇਹਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਫਾਇਦਾ ਇਹ ਹੈ ਕਿ ਮਾਰਕੀਟ ਬਹੁਤ ਵੱਡੀ ਹੈ ਭਾਰਤ ਦੇਸ਼ ਦੀ ਇੰਡੀਆ ਦੀ ਨੁਕਸਾਨ ਇਹ ਹੈ ਕਿ ਅੱਜ ਸਾਡੇ ਭਾਰਤ ਦੇ ਵਿੱਚ ਰਿਸੋਰਸਸ ਲਿਮਟਿਡ ਹੋਣ ਕਰਕੇ ਜਿਹੜਾ ਪੋਪੂਲੇਸ਼ਨ ਕੰਟਰੋਲ ਦੇ ਉੱਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਇਹ ਬੜਾ ਅਹਿਮ ਟਾਪਿਕ ਹੈ ਜਿਹੜਾ ਸਰਕਾਰ ਨੂੰ ਆਪਣੇ ਮੁੱਦੇ ਡਿਸਕਸ਼ਨ ਦੇ ਵਿੱਚ ਲਿਆਉਣਾ ਚਾਹੀਦਾ ਪਰ ਚਲੋ ਇੱਕ ਦੂਜਾ ਮੁੱਦਾ ਚੱਲਾ ਗਿਆ ਮੈਂ ਅੱਜ ਹੱਥ ਜੋੜ ਕੇ ਸਿਰ ਝੁਕਾ ਕੇ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਅੱਜ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਐਨ ਜੀਓ ਏਕ ਜ਼ਰੀਆ ਫਾਊਂਡੇਸ਼ਨ ਦੀ ਰਜਿਸਟਰੀ ਹੋ ਰਹੀ ਹੈ ਇਹ ਸਾਰਾ ਕੁਝ ਤੁਹਾਡੇ ਸਾਥ ਤੋਂ ਬਗੈਰ ਪੋਸੀਬਲ ਨਹੀਂ ਹੋਣਾ ਸੀ ਇਹ ਤੁਹਾਡੇ ਸਾਥ ਨਾਲ ਹੋਇਆ ਔਰ ਮੈਂ ਅੱਗੇ ਵੀ ਤੁਹਾਡਾ ਸਾਥ ਬਣਿਆ ਰਵੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਹਰੇਕ ਤਾਂ ਬਹੁਤ ਲੰਬੀਆਂ ਪੌੜੀਆਂ ਨੇ ਔਰ ਇਹ ਪੌੜੀਆਂ ਕਦੀ ਖਤਮ ਨਹੀਂ ਹੋਣਗੀਆਂ ਕਿਉਂਕਿ ਜਦੋਂ ਤੱਕ ਮੈਂ ਜਿੰਦਾ ਜਦੋਂ ਤੱਕ ਮੇਰੀ ਟੀਮ ਮੇਰੇ ਨਾਲ ਆ ਤੁਹਾਡਾ ਸਾਥ ਮੇਰੇ ਨਾਲ ਹੈ ਮੈਂ ਇਹੀ ਅਰਦਾਸ ਕਰੂੰਗਾ ਪਰਮਾਤਮਾ ਅੱਗੇ ਤੁਸੀਂ ਵੀ ਇਹੀ ਅਰਦਾਸ ਕਰਿਓ ਕਿ ਜਿੰਨੇ ਕੁ ਮੇਰੇ ਪਰਮਾਤਮਾ ਨੇ ਸਾਥ ਲਿਖੇ ਨੇ ਜਾਂ ਮੇਰੀ ਟੀਮ ਜਿਹੜੀ ਸੱਚੇ ਦਿਲੋਂ ਲੱਗੀ ਹੋਈ ਹੈ ਇਹ ਸੇਵਾ ਕਰਦੀ ਰਹੇ ਤਾਂ ਮੇਰੀ ਟੀਮ ਬੰਸੇਜ ਵੀਰਾ ਵੀਡੀਓ ਬਣਾ ਰਿਹਾ ਸੁੱਖੀ ਵੀਰਾ ਵੀਡੀਓ ਬਣਾ ਰਿਹਾ ਪੂਰੀ ਟੀਮ ਲੁਧਿਆਣੇ ਦੀ rahul veera rajput veera ਸਾਡੀ ਬਲਜਿੰਦਰ ਭੈਣ ਤੇ ਬੜੀ ਵੱਡੀ ਟੀਮ ਹੈ ਸਾਡੇ ਅੰਮ੍ਰਿਤਸਰ ਦੀ ਰਣਜੀਤ ਭਾਜੀ ਜਲੰਧਰ ਤੋਂ ਕਰਨ ਭਾਜੀ ਸਾਡਾ ਆਸ਼ੂ ਵੀਰ ਈਸ਼ੂ ਵੀਰ ਮੋਇਤ ਚੰਡੀਗੜ੍ਹ ਤੋਂ ਨਿਕਿਤਾ ਭੈਣ ਚੰਡੀਗੜ੍ਹ ਤੋਂ ਇਹ ਸਾਰਿਆਂ ਦੀ ਮਿਹਨਤ ਹੈ ਮੈਂ ਸਿਰਫ ਇੱਕ ਬੁਲਾਰਾ ਵਾਂ ਤੇ ਮੈਂ ਇੱਕ ਵਾਰੀ ਫੇਰ ਅੰਤ ਦੇ ਵਿੱਚ ਤੁਹਾਡਾ ਧੰਨਵਾਦ ਕਰਨਾ ਚਾਹਨਾ ਮੇਰੇ ਲਈ ਤੁਸੀਂ ਰੱਬ ਦੇ ਬਰਾਬਰ ਹੋ ਹੱਥ ਜੋੜ ਕੇ ਮੇਰੇ ਦਿਲ ਦਾ ਰੋਮ ਰੋਮ ਮੇਰੇ ਸਰੀਰ ਦਾ ਵਾੜ ਵਾੜ ਤੁਹਾਡੇ ਲਈ ਹੱਥ ਜੋੜ ਕੇ ਥੈਂਕ ਯੂ ਕਰਦਾ ਕਿਉਂਕਿ ਇੰਨੀ ਜਿਹੜੀ ਮਾਇਆ ਜਗ੍ਹਾ ਦੀ ਉਹ ਮੈਂ ਇਕੱਲੇ ਨੇ ਨਹੀਂ ਕਰ ਪਾਣੀ ਸੀ ਇਹ ਸਾਰਾ ਕੁਝ ਤੁਹਾਡੇ ਕਰਕੇ ਹੋਇਆ ਤੁਹਾਡੇ ਅਸ਼ੀਰਵਾਦ ਨਾਲ ਹੋਇਆ ਇਸ ਖੁਸ਼ਖਬਰੀ ਨੂੰ ਦੁਨੀਆ ਭਰ ਦੇ ਵਿੱਚ ਸ਼ੇਅਰ ਕਰੋ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਿਲਡਿੰਗ ਬਣੇਗੀ ਬਿਲਡਿੰਗ ਦੇ ਵਿੱਚ ਲੋਕ ਦਵਾਈਆਂ ਫ੍ਰੀ ਲੈ ਕੇ ਜਾ ਸਕਣਗੇ ਉਹਨਾਂ ਦੇ ਇਲਾਜ ਫ੍ਰੀ ਹੋਣਗੇ ਉਹਨਾਂ ਨੂੰ ਗਾਈਡ ਕੀਤਾ ਜਾਏਗਾ ਜਿਹੜੀ ਲੁੱਟ ਹੈ ਮੈਡੀਕਲ ਮਾਫੀਆ ਦੀ ਉਹਦੇ ਤੋਂ ਬਚਣ ਵਾਸਤੇ ਜਿਹੜੀ ਵੱਤ ਤੋਂ ਵੱਧ ਸਾਡੇ ਕੋਲ ਗਾਈਡੈਂਸ ਵਾਲੀਆਂ ਵੀਡੀਓਜ਼ ਹੋਈਆਂ ਅਸੀਂ ਉਹ ਵੀ ਬਣਾ ਬਣਾ ਕੇ ਪਾਵਾਂਗੇ ਬਹੁਤ ਅਲਾਜ ਐਸੇ ਨੇ ਲੋਕਾਂ ਦੇ ਜਿਹੜੇ ਗਾਈਡ ਕਰਨ ਨਾਲ ਫ੍ਰੀ ਹੋ ਸਕਦੇ ਨੇ ਮੈਂ ਸਰਕਾਰ ਦੇ ਨੁਮਾਨਦੇ ਵੀ ਜਿੱਦੇ ਕਿਤੇ ਮੇਰੀ ਵੀਡੀਓ ਪਹੁੰਚ ਰਹੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਇਸ ਹਾਲ ਦੇ ਵਿੱਚ ਕੰਮ ਤੁਹਾਡਾ ਸੀ ਤੁਹਾਨੂੰ ਲੋਕਾਂ ਨੂੰ ਇਨਫੋਰਮੇਸ਼ਨ ਸੈਂਟਰ ਖੋਲ ਕੇ ਦੇਣਾ ਪੈਣਾ ਸੀਗਾ ਜਿਹਦੇ ਵਿੱਚ ਲੋਕ ਇਸ ਚੀਜ਼ ਦਾ ਲਾਹਾ ਚੱਕ ਸਕਦੇ ਪਰ ਗੱਲ ਉਹੀ ਹੈ ਨਾ ਜਦੋਂ ਅਸੀਂ ਕਿਸੇ ਉਂਗਲ ਕਿਸੇ ਵੱਲ ਉਂਗਲ ਕਰਦੇ ਆਂ ਅਗਲਾ ਕਹਿੰਦਾ ਤੂੰ ਕੀ ਕਰ ਰਿਹਾ ਤਾਂ ਇਹ ਜਿਹੜਾ ਬਲੂਪ੍ਰਿੰਟ ਹੈ ਮੈਂ ਸਰਕਾਰ ਕੋਲ ਵੀ ਲੈ ਕੇ ਗਿਆ ਸੀਗਾ ਕਿ ਮੈਨੂੰ ਸਰਕਾਰੀ ਜਗ੍ਹਾ ਲੋਟ ਕਰ ਦਿਓ ਮੈਂ ਸਿਵਲ ਹਸਪੀਟਲ 'ਚ ਬਹਿ ਕੇ ਆ ਸੇਵਾ ਕਰਨਾ ਚਾਹਨਾ ਪਰ ਮੈਨੂੰ ਜਗ ਮੈਂ ਕਿਰਾਏ ਦੇ ਜਗ੍ਹਾ ਮੰਗਦਾ ਲਿਆ ਰੋਕਾਂ ਕੋਲ ਮੈਨੂੰ ਨਹੀਂ ਦਿੱਤੇਗੀ ਮੈਂ ਧਾਰਮਿਕ ਸਥਾਨਾਂ ਕੋਲ ਜਗ੍ਹਾ ਮੰਗਦਾ ਰਿਆ ਕਿ ਇੰਨੇ ਧਾਰਮਿਕ ਸਥਾਨ ਨੇ ਲੁਧਿਆਣੇ ਦੇ ਵਿੱਚ ਇੰਨੀਆਂ ਰੈਲੀਜੀਅਸ ਪਲੇਸਾਂ ਨੇ ਕੋਈ ਮੰਦਿਰ ਕੋਈ ਗੁਰੂ ਘਰ ਮੈਨੂੰ ਬੈਠਣ ਲਈ 50 100 ਗਜ ਦੀ ਜਗ੍ਹਾ ਦੇ ਦੇਵੇ ਤੇ ਉੱਥੇ ਪੱਲਾ ਹੋ ਜਾਵੇ ਪਰ ਨਹੀਂ ਮਿਲ ਪਈ ਹੁਣ ਫਾਈਨਲੀ ਜਿਹੜੀ ਆਪਣੀ ਜਗ੍ਹਾ ਮੁੱਲ ਪੈਸੇ ਲੈ ਕੇ ਮੈਨੂੰ ਮੇਰੇ ਰੱਬ ਰੂਪ ਡੋਨਰਾਂ ਨੇ ਲੈ ਕੇ ਦਿੱਤੀ ਹੈ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਹੱਥ ਜੋੜ ਕੇ ਮੈਂ ਨਮਨ ਕਰਦਾ ਤੁਹਾਡੇ ਚਰਨਾਂ 'ਚ ਕਿਉਂਕਿ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ ਇੱਕ ਵਾਰੀ ਫਿਰ ਦੱਸ ਰਿਹਾ ਨਵੀਨ ਬਾਊ ਜੀ ਇਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਅਮਾਊਂਟਾਂ ਪੈਸੇ ਦੀਆਂ ਦੇ ਕੇ ਜਗ੍ਹਾ ਲੈ ਕੇ ਦਿੱਤੀ ਹੈ ਔਰ ਇਹ ਜਗ੍ਹਾ ਲੈਣ ਦੇ ਵਿੱਚ ਵੀ ਬੜੀ ਲੰਬੀ ਸਟੋਰੀ ਹੈ ਕਿਸੇ ਹੋਰ ਦਿਨ ਵੀਡੀਓ 'ਚ ਮੈਂ ਦੱਸੂਗਾ ਪਰ ਸੁਪਨੇ 'ਚ ਵੀ ਸੋਚਿਆ ਨਹੀਂ ਸੀਗਾ ਕਿ ਕਦੀ ਇਹ ਜਗ੍ਹਾ ਸੀ ਮੁੱਲ ਲੈ ਪਾਵਾਂਗੇ ਕਿਉਂਕਿ ਕਦੀ ਸਾਨੂੰ ਕੋਈ ਹਸਪੀਟਲ ਵਾਲਾ ਭਜਾ ਦਿੰਦਾ ਸੀਗਾ ਕਦੀ ਕੋਈ ਹਸਪੀਟਲ ਵਾਲਾ ਭਜਾ ਦਿੰਦਾ ਸੀਗਾ ਕਿਉਂਕਿ ਮੈਡੀਕਲ ਮਾਫੀਆ ਬਹੁਤ ਵੱਡਾ ਹੈ ਜਦੋਂ ਵੀ ਅਸੀਂ ਮੈਡੀਕਲ ਮਾਫੀਆ ਖਿਲਾਫ ਬੋਲਦੇ ਸੀ ਸਾਨੂੰ ਕੋਈ ਵੀ ਬੈਠਣ ਨਹੀਂ ਦਿੰਦਾ ਸੀ ਤਾਂ ਅੱਜ ਅਸੀਂ ਆਪਣੀ ਜਗ੍ਹਾ ਤੇ ਜਿਹੜਾ ਗੁਰਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਆਪਣੀ ਜਗ੍ਹਾ ਸਾਨੂੰ ਗੁਰਸਾਹਿਬ ਨੇ ਲੈ ਕੇ ਦਿੱਤੀ ਹੈ ਤੁਸੀਂ ਯਕੀਨ ਮੰਨੋ ਮੈਨੂੰ ਆਪਣਾ ਘਰ ਬਣਨ ਨਾਲੋਂ ਵੱਧ ਚਾਅ ਹੈ ਇਸ ਜਗ੍ਹਾ ਦਾ ਮੇਰਾ ਘਰ ਬਣਿਆ ਹੁੰਦਾ ਨਾ ਮੈਨੂੰ ਇੰਨਾ ਚਾਅ ਨਾ ਹੁੰਦਾ ਜਿੰਨਾ ਮੈਨੂੰ ਅਜੇ ਇਹਦਾ ਚਾਅ ਹੈ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਇਹ ਅਮਰ ਹੈ ਇਹ ਕੋਈ 5 ਸਾਲ ਵਾਸਤੇ 10 ਸਾਲ ਵਾਸਤੇ ਨਹੀਂ ਬਣ ਰਹੀ ਇਹ ਅਮਰ ਹੈ ਸਾਡੇ ਮਰਨ ਤੋਂ ਬਾਅਦ ਵੀ ਸੌ 200 ਸਾਲ ਬਾਅਦ 300 ਸਾਲ ਬਾਅਦ ਲੋਕ ਇਹਦਾ ਫਾਇਦਾ ਲੈ ਸਕਣਗੇ ਮੈਂ ਆ ਮੇਰੇ ਵਾਲ ਖੜੇ ਨੇ શરીਰ ਲੂੰ ਕੰਡੇ ਖੜੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੇਰੇ ਲਈ ਤੁਸੀਂ ਰੱਬ ਹੀ ਹੋ ਕਿਉਂਕਿ ਮੈਂ ਕਦੀ ਰੱਬ ਦੇਖਿਆ ਨਹੀਂ ਔਰ ਜਿਹੜਾ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਇਆ ਪੁਨੀਤ ਸਚਦੇਵਾ ਜੀ ਨਵੀਨ ਜੀ ਕੇਤਨ ਭਰਾ ਸਾਡਾ ਜਿੰਨਾ ਜਿਹੜਾ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਇਆ ਮੈਂ ਕਹਿੰਦਾ ਕਿ ਪਰਮਾਤਮਾ ਕਰੇ ਤੁਹਾਡਾ ਵਿਸ਼ਵਾਸ ਜਿਸ ਦਿਨ ਟੁੱਟੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਹੀ ਮਰ ਜਾ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਿੰਦਾ ਜਿਹੜੀ ਜਗ੍ਹਾ ਦੀ ਫਾਊਂਡੇਸ਼ਨ ਰੱਖ ਰੱਖਾਂਗੇ ਜਲਦੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਵੀ ਕਰਾਂਗੇ ਇੱਕ ਜ਼ਰੀਆ ਫਾਊਂਡੇਸ਼ਨ ਦਾ ਜਿਸ ਦਿਨ ਨਹੀਂ ਪੱਥਰ ਰੱਖਿਆ ਉਸ ਦਿਨ ਤੁਹਾਨੂੰ ਸਾਰਿਆਂ ਨੂੰ ਅਸੀਂ ਬੁਲਾਵਾਂਗੇ ਉਦੋਂ ਤੁਸੀਂ ਸਾਰੇ ਆਇਓ ਆਪਣਾ ਆਸ਼ੀਰਵਾਦ ਦੇ ਕੇ ਜਾਇਓ ਇਸ ਜਗ੍ਹਾ ਤੇ ਚਰਨ ਪਾ ਕੇ ਇਸ ਜਗ੍ਹਾ ਨੂੰ ਪਵਿੱਤਰ ਕਰਕੇ ਜਾਇਓ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਬਹੁਤ ਵੱਡੀ ਪੱਧਰ ਤੇ ਜਿਹੜਾ ਇਸ ਚੀਜ਼ ਦਾ ਲਾਹਾ ਤੱਕ ਸਕੇਗਾ ਮੈਂ ਇੰਸਟਾਗ੍ਰam ਤੇ ਫੇਸਬੁੱਕ ਤੇ ਦੋਨੋਂ ਜਗ੍ਹਾ ਤੇ ਆਪਾਂ ਲਾਈਵ ਆ ਹਜੇ ਵੀ ਇਸ ਜਗ੍ਹਾ ਨੂੰ ਬਣਾਉਣ ਵਾਸਤੇ ਇੱਟਾਂ ਦੀ ਸੇਵਾ ਔਰ ਜਿਹੜੀ ਜਿਹੜੇ ਇੱਥੇ ਮਜ਼ਦੂਰ ਲੱਗਣੇ ਨੇ ਉਹਨਾਂ ਦੀ ਵੇਜਸ ਉਹਨਾਂ ਦੀ ਦਿਹਾੜੀਆਂ ਅਸਰੀਆ ਰੇਤਾ ਸਿਮਿੰਟ ਇਹ ਸਾਰੀ ਸੇਵਾ ਜਿਹੜੀ ਤੁਸੀਂ ਸਾਰਿਆਂ ਨੇ ਕਰਨੀ ਆ ਔਰ ਮੈਂ ਹੱਥ ਜੋੜ ਕੇ ਤੁਹਾਡੇ ਕੋਲੋਂ ਹੱਥ ਅੱਡ ਕੇ ਉਹਨਾਂ ਲੋੜਵੰਦ ਲੋਕਾਂ ਲਈ ਤੁਹਾਡੇ ਕੋਲ ਮੈਂ ਹੱਥ ਅੱਡ ਰਿਆਂ ਜਿਹੜੇ ਇਸ ਚੀਜ਼ ਦਾ ਫਾਇਦਾ ਲੈ ਸਕਣਗੇ ਔਰ ਇਹ ਦੁਨੀਆ ਦੀ ਪਹਿਲੀ ਜਗ੍ਹਾ ਹੋਏਗੀ ਜਿੱਥੇ ਖੁੱਲਾ ਸੱਦਾ ਹੋਏਗਾ ਪੰਜਾਬ ਦੇ ਲੋਕਾਂ ਨੂੰ ਵੈਸੇ ਤਾਂ ਚਲੋ ਅਰਦਾਸ ਕਰਾਂਗੇ ਕਿ ਬਿਮਾਰੀ ਕਿਸੇ ਘਰ ਵੀ ਨਾ ਜਾਵੇ ਪਰ ਜੇ ਕਿਸੇ ਨੂੰ ਵੀ ਕੋਈ ਬਿਮਾਰੀ ਦੀ ਕੋਈ ਦਿੱਕਤ ਹੋਈ ਉਹ ਇੱਥੇ ਆ ਕੇ ਆਪਣਾ ਇਲਾਜ ਫ੍ਰੀ ਕਰ ਸਕਦਾ ਹੁਣ ਤੱਕ 8 ਸਾਲਾਂ ਦੇ ਵਿੱਚ 1 ਲੱਖ ਮਰੀਜ਼ਾਂ ਤੋਂ ਜ਼ਿਆਦਾ 1 ਲੱਖ ਪਲੱਸ ਮਰੀਜ਼ ਜਿਹੜੇ ਏਕ ਜ਼ਰੀਆ ਫਾਊਂਡੇਸ਼ਨ ਦੇ ਥਰੂ ਮਦਦ ਲੈ ਚੁੱਕੇ ਨੇ ਸਾਡੇ ਕੋਲ ਡਾਟਾ ਹੈ ਸਾਰਾ ਹਜ਼ਾਰਾਂ ਮਰੀਜ਼ਾਂ ਦਾ ਡਾਟਾ ਹੈ ਸਾਡੇ ਕੋਲ ਜਿਦੇ ਵਿੱਚ ਮਰੀਜ਼ ਨੇ ਜਿਹੜੇ ਏਕ ਜ਼ਰੀਆ ਫਾਊਂਡੇਸ਼ਨ ਦੇ ਥਰੂ ਦਵਾਈਆਂ ਫ੍ਰੀ ਲੈ ਚੁੱਕੇ ਨੇ ਕਿੰਨਿਆਂ ਦੇ ਘਰ ਬਚ ਚੁੱਕੇ ਨੇ ਉਜੜਨੋਂ ਕਿੰਨਿਆਂ ਦੇ ਘਰ ਵਿਗਣੋਂ ਬਚ ਚੁੱਕੇ ਨੇ ਕਿੰਨਿਆਂ ਦੇ ਬੱਚੇ ਬਚ ਚੁੱਕੇ ਨੇ ਔਰ ਮੈਂ ਬੜਾ ਧੰਨਵਾਦੀ ਆ ਮੈਂ ਤੁਹਾਡੇ ਚਰਨਾਂ 'ਚ ਲੱਖ ਲੱਖ ਵਾਰ ਸਲਾਮ ਕਰਦਾ ਕਿ ਗੁਰੂ ਕਰੇ ਗੁਰੂ ਅੱਗੇ ਅਰਦਾਸ ਹੈ ਕਿ ਤੁਹਾਡੀ ਕਮਾਈ ਚ ਬਰਕਤ ਪਵੇ ਪਰਮਾਤਮਾ ਤੁਹਾਨੂੰ ਬਹੁਤਾ ਬਹੁਤਾ ਦਵੇ ਜਿਹੜੀ ਸੇਵਾ ਤੁਸੀਂ ਸਾਡੀ ਜਗਾ ਅਸੀਂ 85 ਲੱਖ ਰੁਪਏ ਦੀ ਬਣੀ ਆ ਮੈਂ ਕਦੀ ਸੋਚੀ ਨਹੀਂ ਸੀ ਸੁਪਨੇ ਚ ਵੀ ਨਹੀਂ ਸੋਚੀ ਸੀ ਮੈਂ ਕਦੀ ਕਿ ਇੰਨੇ ਪੈਸੇ ਕਿੱਥੋਂ ਆਣਗੇ ਕਿਉਂਕਿ ਸਟਾਰਟਿੰਗ ਦੇ ਵਿੱਚ ਬੜੀ ਦਿੱਕਤ ਆਈ ਔਰ ਮੈਂ ਲੁਧਿਆਣੇ ਵਾਲੇ ਲੋਕਾਂ ਨੂੰ ਇੱਕ ਬੇਨਤੀ ਵੀ ਕਰਨਾ ਚਾਹਣਾ ਸਿਰਫ 15 20 ਬੰਦਿਆਂ ਨੇ ਇਕੱਠੇ ਹੋ ਕੇ ਸਾਨੂੰ ਇਹ ਜਗਾ ਲੈ ਕੇ ਦਿੱਤੀ ਹੈ 15 20 ਬੰਦਿਆਂ ਨੇ ਔਰ ਜੇ ਕਿਤੇ ਲੁਧਿਆਣੇ ਦੇ 1.5 200 बिजनेसमੈਨ ਜਾਂ ਕਿੱਟੀ ਮੈਂਬਰ ਜਿਹੜੀਆਂ ਪੈਣਾ ਕਰਦੀਆਂ ਨੇ ਉਹ ਜੁੜ ਜਾਣ ਲੁਧਿਆਣੇ ਦਾ ਨਕਸ਼ਾ ਹੀ ਬਦਲਦੀ ਹੈ ਲੁਧਿਆਣਾ ਦੁਨੀਆ ਭਰ ਦੇ ਵਿੱਚ ਨਾਮ ਲੁਧਿਆਣੇ ਦਾ ਜਾਣਿਆ ਜਾਏਗਾ ਚੈਰਿਟੀ ਦੇ ਨਾਮ ਦੇ ਉੱਤੇ ਕਿ ਜੇ ਸੇਵਾ ਕਰਨੀ ਸਿੱਖਣੀ ਹੈ ਜੇ ਸੇਵਾ ਕਰਨੀ ਸਿੱਖਣੀ ਹੈ ਤਾਂ ਲੁਧਿਆਣੇ ਸ਼ਹਿਰ ਵਾਲਿਆਂ ਕੋ ਸਿੱਖੋ ਕਿ ਇਦਾਂ দান ਕਰੀਦਾ ਪਰ ਸਾਡੇ ਇੱਥੇ ਜੈਲਸੀ ਪ੍ਰਦਾਨਗੀਆਂ ਐਟੀਟਿਊਡ ਕਰਕੇ ਜਿਹੜਾ দান ਦੀ ਦੁਰਵਰਤੋਂ ਹੋ ਰਹੀ ਹੈ ਲੁਧਿਆਣੇ ਚ ਇੰਨੇ ਬਿਜ਼ਨਸਮੈਨ ਨੇ ਸਾਰੇ ਚਾਹੁੰਦੇ ਨੇ ਕਿ ਇੱਕ ਫੋਨ ਕਰੀਏ ਅਨਮੋਲ ਨੂੰ ਸਾਡਾ ਹਸਪੀਟਲ ਚ ਕੰਮ ਹੋ ਜਾਵੇ ਮੈਂ ਮਾਫੀ ਚਾਹਨਾ ਇਹ ਗੱਲ ਕਰਨ ਲੱਗਾ ਮੈਂ ਕਰਨਾ ਨਹੀਂ ਚਾਹੁੰਦਾ ਸੀ ਬੜੇ ਲੋਕ ਮੈਨੂੰ ਫੋਨ ਕਰਦੇ ਨੇ ਮੇਰੇ ਪਰਸਨਲ ਰਿਲੇਸ਼ਨ ਦੇ ਵਿੱਚ ਯਾਰ ਅਨਮੋਲ ਉਹ ਫਲਾਣੇ ਡਾਕਟਰ ਤੰਗ ਕਰ ਰਿਹਾ ਫੋਨ ਕਰੀ ਉਹ ਅਨਮੋਲ ਪੀਜੀਏ ਚ ਬੈੱਡ ਨਹੀਂ ਮਿਲ ਰਿਹਾ ਫੋਨ ਕਰੀ ਉਹ ਯਾਰ ਅਨਮੋਲ ਉਹ ਬੱਚਾ ਸਾਡੇ ਫੈਕਟਰੀ ਚ ਸਾਡਾ ਬੰਦਾ ਕੰਮ ਕਰਦਾ ਮਜ਼ਦੂਰ ਇਹਦੀ ਮਦਦ ਕਰੀ ਪਰ ਉਸ ਤੋਂ ਬਾਅਦ ਕੀ ਤੁਸੀਂ ਇਸ ਜਗ੍ਹਾ ਲੈਣ ਦੇ ਵਿੱਚ 1 ਰੁਪਏ ਦਾ ਵੀ ਯੋਗਦਾਨ ਪਾਇਆ ਨਹੀਂ ਪਾਇਆ ਮੇਰੀਆਂ ਗੱਲਾਂ ਕੌੜੀਆਂ ਲੱਗਣਗੀਆਂ ਪਰ ਮੈਂ ਕਹਿਣਾ ਚਾਹਨਾ ਕਿ ਜੇ ਤੁਸੀਂ ਕਿਸੇ ਬੰਦੇ ਦਾ ਕਿਸੇ ਆਰਗੇਨਾਈਜੇਸ਼ਨ ਦਾ ਸਾਥ ਦਿੰਨੇ ਹੋ ਔਰ ਉਹ ਵੱਡੀ ਹੁੰਦੀ ਹੈ ਕੱਲ ਨੂੰ ਉਹਦਾ ਲਾਹਾ ਤੁਸੀਂ ਚੱਕਣਾ ਅੱਜ ਜੇ ਇੱਕ ਜ਼ਰੀਆ ਫਾਊਂਡੇਸ਼ਨ ਆਪਣੀ ਜਗ੍ਹਾ ਬਣਾਉਣ ਜਾ ਰਹੀ ਹੈ ਇਹਦੇ 'ਚ ਮੈਂ ਆਪਣੇ ਘਰ ਦੇ ਨਹੀਂ ਰੱਖਣੇ ਇਹਦੇ 'ਚ ਮੈਂ ਆਪਣਾ ਐਸ਼ੋ ਆਰਾਮ ਨਹੀਂ ਕਰਨਾ ਇਹਦੇ 'ਚ ਲੋਕਾਂ ਨੇ ਫਾਇਦਾ ਲੈਣਾ ਲੋੜਵੰਦ ਲੋਕਾਂ ਦਾ ਭਲਾ ਹੋਣਾ ਬੱਚਿਆਂ ਦਾ ਇਲਾਜ ਹੋਣਾ ਫਰੀ ਬਜ਼ੁਰਗਾਂ ਦੀਆਂ ਅੱਖਾਂ ਬਣਨੀਆਂ ਮੈਂ ਫਿਰ ਲੁਧਿਆਣੇ ਵਾਲਿਆਂ ਨੂੰ ਬੇਨਤੀ ਕਰਨਾ ਚਾਹਨਾ ਆਪਣਾ ਦਸਵੰਦ ਸਹੀ ਜਗ੍ਹਾ ਲਾਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਹਜ਼ਾਰਾਂ ਬੰਦਾ ਇਸ ਟਾਈਮ ਲਾਈਵ ਦੇਖ ਰਿਹਾ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਲੱਖ ਮੱਤ ਪੇਧ ਹੋਣਗੇ ਮੇਰੇ ਨਾਲ ਮੇਰੇ ਤੋਂ ਦਿੱਕਤ ਹੋਏਗੀ ਪਰ ਬਾਈ ਜੀ ਜਿਹੜੀ ਸੇਵਾ ਦਾ ਕੰਮ ਹੋ ਰਿਹਾ ਤੁਹਾਡੀ ਇਹਦੇ ਨਾਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸਾਰੇ ਧਰਮਾਂ ਦਾ ਸਾਂਝਾ ਜਿਹੜਾ ਇੱਕ ਜ਼ਰੀਆ ਫਾਊਂਡੇਸ਼ਨ ਦੀ ਜਗ੍ਹਾ ਬਣਨ ਜਾ ਰਹੀ ਹੈ ਇੱਥੇ ਨਾ ਕੋਈ ਜਾਤ ਦੇਖੀ ਜਾਏਗੀ ਨਾ ਧਰਮ ਦੇਖਿਆ ਜਾਏਗਾ ਨਾ ਕਾਸਟ ਦੇਖੀ ਜਾਏਗੀ ਇਥੇ ਕੋਈ ਵੀ ਬੰਦਾ ਦੁਖੀ ਹੈ ਪੰਜਾਬ ਦੇ ਵਿੱਚ ਭਾਵੇਂ ਉਹ Hindu ਹੈ ਭਾਵੇਂ ਉਹ Muslim ਹੈ ਭਾਵੇਂ ਉਹ Sikh ਹੈ ਉਹ ਇਹਦਾ ਫਾਇਦਾ ਲੈ ਸਕਦਾ ਆਓ ਰਲ ਮਿਲ ਕੇ ਏਕ ਜ਼ਰੀਆ ਫਾਊਂਡੇਸ਼ਨ ਦੀ ਜਿਹੜੀ ਜਗ੍ਹਾ ਬਣ ਰਹੀ ਹੈ ਇਹਨੂੰ ਬਣਾਈਏ ਇਹ ਵੀ ਇੱਕ ਤਰ੍ਹਾਂ ਦਾ ਮੈਂ ਫਿਰ ਕਹਿ ਰਿਹਾ ਇਹ ਵੀ ਇੱਕ ਤਰ੍ਹਾਂ ਦਾ ਤੀਰਥ ਹੈ ਇਹ ਵੀ ਇੱਕ ਤਰ੍ਹਾਂ ਦਾ ਗੁਰੂ ਘਰ ਹੈ ਜਿੱਥੇ ਦੀਨ ਦੁਖੀ ਆ ਕੇ ਆਪਣੀ ਲੋੜ ਦਿੱਕਤ ਦੱਸਣਗੇ ਤੇ ਤੁਸੀਂ ਸਾਰਿਆਂ ਨੇ ਇੱਥੇ ਉਹਦਾ ਹੱਲ ਕਰਨਾ ਹੰਬੜਾ ਰੋਡ ਤੇ ਜਗ੍ਹਾ ਲੁੱਤੀ ਅਸੀਂ ਜਲਦੀ ਪੂਰਾ ਲੋਕੇਸ਼ਨ ਜਿਹੜੀ ਅਸੀਂ ਉਜਾਗਰ ਕਰਾਂਗੇ ਵੀਡੀਓ ਦੇ ਉੱਪਰ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਾਨੂੰ ਫੋਨ ਕਰਕੇ ਇਸ ਜਗ੍ਹਾ ਬਣਾਉਣ ਦੇ ਵਿੱਚ ਕੋਈ ਸੇਵਾ 'ਚ ਜਿਹੜਾ ਯੋਗਦਾਨ ਪਾਣਾ ਚਾਹੁੰਦੇ ਹੋ ਮੈਂ ਅਸ਼ੋਕ ਜੀ ਦਾ ਵੀ ਧੰਨਵਾਦ ਕਰਨਾ ਚਾਹਨਾ ਅਸ਼ੋਕ ਜੀ ਯੂ ਐਸ ਏ ਤੋਂ ਮੈਂ ਮਨਪ੍ਰੀਤ ਮੇਰੇ ਮਾਤਾ ਜੀ ਨੇ ਉਹ ਵੀ ਅਮਰੀਕਾ ਤੋਂ ਮੌਨਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਨਾਮ ਮੇਰੇ ਦਿਮਾਗ 'ਚ ਆ ਰਹੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਤੁਹਾਡੇ ਅਸ਼ੀਰਵਾਦ ਤੋਂ ਬਿਨਾਂ ਨਹੀਂ ਹੋਣਾ ਸੀ ਕਦੀ ਮੇਰੇ ਵਹਿਗੇ ਬੰਦੇ ਤੇ ਕਿੰਨੇ ਵਿਸ਼ਵਾਸ ਕਰਨਾ ਸੀ ਪਹਿਲਾਂ ਮੈਨੂੰ ਉਮਰ 'ਚ ਵੱਡਾ ਹੋਣਾ ਪੈਣਾ ਸੀ ਮੇਰੀ ਵੀ ਚਿੱਟੀ ਦਾੜੀ ਚਿੱਟੇ ਬਾਲ ਆਂਦੇ ਫਿਰ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਨਾ ਸੀ ਜਾਂ ਹੋ ਸਕਦਾ ਮੇਰੇ ਵੀ ਮਰਨ ਤੋਂ ਬਾਅਦ ਹੀ ਲੋਕਾਂ ਨੇ ਮੇਰੀ ਕਦਰ ਪਾਣੀ ਸੀ ਪਰ ਅਫਸੋਸ ਜਿੰਨੇ ਵੀ ਮੇਰੇ ਵੀਰ ਭੈਣ ਮੇਰਾ ਸਾਥ ਦੇ ਰਹੇ ਨੇ ਮੈਂ ਬੜਾ ਧੰਨਵਾਦੀ ਆਂ ਔਰ ਪ੍ਰਮਾਤਮਾ ਕਰੇ ਤੁਹਾਡੀ ਕਮਾਈ 'ਚ ਬਰਕਤ ਪਵੇ ਤੁਹਾਡੇ ਘਰ ਖੁਸ਼ੀਆਂ ਆਣ ਤੇ ਤੁਸੀਂ ਜਿਹੜਾ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਮੇਰਾ ਸਾਥ ਦਿੱਤਾ ਹੁਣ ਅੱਗੇ ਵੀ ਜਿਹੜੀ ਇਹ ਜਗ੍ਹਾ ਬਣਨੀ ਹੈ ਉਹਨੂੰ ਵੀ ਤੁਸੀਂ ਬਣਾਣਾ ਕੋਈ ਬੰਦਾ ਇੱਟਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਜਿੰਨੇ ਇੱਟਾਂ ਦੇਣੀਆਂ ਭੱਠੇ ਤੇ ਡਾਇਰੈਕਟ ਸੇਵਾ ਪਹੁੰਚਾਓ ਸਰੀ ਇਹਦੀ ਸੇਵਾ ਡਾਇਰੈਕਟ ਪਹੁੰਚਾਓ ਕੋਈ ਸੈਨੀਟਰੀ ਇਹਦੀ ਸੈਂਟਰੀ ਦੀ ਸੇਵਾ ਕਰਨਾ ਚਾਹੁੰਦਾ ਕੋਈ ਦਰਵਾਜ਼ਿਆਂ ਦੀ ਲੱਕੜ ਦੀ ਸੇਵਾ ਕਰਨਾ ਚਾਹੁੰਦਾ ਕੋਈ ਮਜ਼ਦੂਰਾਂ ਦੀ ਦਿਹਾੜੀਆਂ ਦੀ ਸੇਵਾ ਕਰਨਾ ਚਾਹੁੰਦਾ ਜੁੜੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਮੁਬਾਰਕਬਾਦ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਇਸ ਤੋਂ ਵੱਡਾ ਖੁਸ਼ੀ ਵਾਲਾ ਦਿਨ ਮੇਰੀ ਜ਼ਿੰਦਗੀ 'ਚ ਕੋਈ ਨਹੀਂ ਸੀ ਔਰ ਨਾਲ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਹੋਊਗਾ ਹਾਂ ਇੱਕ ਦਿਨ ਜ਼ਰੂਰ ਹੋ ਸਕਦਾ ਹੈ ਜਦੋਂ ਇਹ ਬਣ ਕੇ ਤਿਆਰ ਹੋ ਜਾਏਗੀ ਤੇ ਹਜ਼ਾਰਾਂ ਲੱਖਾਂ ਲੋਕ ਇਹਦਾ ਫਾਇਦਾ ਲੈ ਸਕਣਗੇ ਗੁਰੂ ਘਰ ਜਾ ਕੇ ਮੱਥਾ ਟੇਕਿਓ ਮੰਦਿਰ ਚ ਜਾ ਕੇ ਮੱਥਾ ਟੇਕਿਓ ਆਪਣੇ ਘਰ ਤੁਹਾਡੇ ਮੰਦਿਰ ਹੋਇਆ ਥੈਂਕ ਯੂ ਕਰਿਓ ਆਪਣੇ ਪਰਮਾਤਮਾ ਨੂੰ ਮੇਰੇ ਵੱਲੋਂ ਕਿ ਤੁਹਾਡੀਆਂ ਕੀਤਿਆਂ ਅਰਦਾਸਾਂ ਕੰਮ ਆ ਗਈਆਂ ਔਰ ਮੇਰਾ ਕੋਈ ਵਿਰੋਧੀ ਨਹੀਂ ਮੇਰਾ ਕੋਈ ਦੁਸ਼ਮਣ ਨਹੀਂ ਮੇਰੇ ਸਾਰੇ ਦੋਸਤ ਨੇ ਮੇਰੇ ਸਾਰੇ ਮੇਰੇ ਤੋਂ ਸਮਝਦਾਰ ਨੇ ਵਧੀਆ ਨੇ ਅਰਦਾਸ ਕਰਿਓ ਕਮੈਂਟਾਂ ਦੇ ਵਿੱਚ ਕਿ ਪਰਮਾਤਮਾ ਇਸ ਜਗ੍ਹਾ ਨੂੰ ਬਰਕਤ ਪਾਵੇ ਇਹ ਜਗ੍ਹਾ ਬਣਨੀ ਸ਼ੁਰੂ ਹੋਵੇ ਜਲਦੀ ਤੇ ਪੰਜਾਬ ਭਾਰਤ ਚ ਜਿਹੜੇ ਦੀਨ ਦੁਖੀ ਬਿਨਾਂ ਇਲਾਜ ਤੋਂ ਤੜਪਦੇ ਨੇ ਯਾਰ ਬਿਲਕਦੇ ਨੇ ਉਹਨਾਂ ਦਾ ਭਲਾ ਹੋ ਸਕੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇੱਕ ਜ਼ਰੀਆ ਫਾਊਂਡੇਸ਼ਨ ਦੇ ਹਰ ਮੈਂਬਰ ਦਾ ਹਰ ਡੋਨਰ ਦਾ ਜਿਨੀਆਂ ਜਗ੍ਹਾ ਬਣਾਉਣ ਦੇ ਵਿੱਚ ਸਾਡਾ ਸਾਥ ਦਿੱਤਾ ਬਹੁਤ ਧੰਨਵਾਦ ਗੁਰੂ ਸਾਹਿਬ ਬਹੁਤ ਬਰਕਤ ਬਾਣ ਤੁਹਾਡੀ ਕਮਾਈ ਦੇ ਵਿੱਚ ਮੇਰਾ ਰੋਮ ਰੋਮ ਤੁਹਾਡੇ ਲਈ ਦੁਆ ਮੰਗ ਰਿਹਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦੁਨੀਆ ਭਰ ਦੇ ਵਿੱਚ ਖੁਸ਼ਖਬਰੀ ਪਹੁੰਚਾਓ ਤੇ ਜੇ ਕੋਈ ਤੁਹਾਡੇ ਆਲੇ-ਦੁਆਲੇ ਕੋਈ ਮਰੀਜ਼ ਹੈ ਜਿੰਨੂੰ ਕੋਈ ਹੈਲਪ ਦੀ ਲੋੜ ਹੈ ਕੋਈ ਆਪਰੇਸ਼ਨ ਕਰਾਣਾ ਹੈ ਕੋਈ ਰਿਪੋਰਟਾਂ ਕਰਾਣੀਆਂ ਕੋਈ ਦਵਾਈ ਕਰਾਣੀ ਹੈ ਸਾਨੂੰ ਸੇਵਾ ਦਾ ਮੌਕਾ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਨੰਬਰ ਸਾਡਾ 9688000074 9688000074 ਇਹਦੇ ਤੇ WhatsApp ਕਰ ਦਿਓ ਨਹੀਂ ਤਾਂ 788916849 ਇਹ ਦੋ ਨੰਬਰ ਸਾਡੇ ਚੱਲ ਰਹੇ ਨੇ ਬਾਕੀ ਇੱਕ ਹੋਰ ਖੁਸ਼ਖਬਰੀ ਸਾਡਾ ਜਿਹੜਾ ਐਨਜੀਓ ਦਾ ਅਫੀਸ਼ੀਅਲ ਵੈਰੀਫਾਈਡ WhatsApp ਜਲਦੀ ਲਾਂਚ ਕਰਨ ਜਾ ਰਹੇ ਹਾਂ ਉਹਦਾ ਫਾਇਦਾ ਇਹ ਹੋਣਾ ਕਿ 24 ਘੰਟਿਆਂ ਚ ਜਦੋਂ ਮਰਜ਼ੀ ਕੋਈ ਵੀ ਬੰਦਾ ਸਾਡੇ ਵਟਸਐਪ ਤੇ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਮੈਡੀਕਲ ਰਿਗਾਰਡਿੰਗ ਲੈ ਸਕਦਾ ਫਰੀ ਉਹਦੇ ਵਿੱਚ ਕੋਈ ਬੰਦੇ ਦੀ ਲੋੜ ਨਹੀਂ ਆਟੋਮੈਟਿਕ ਅਸੀਂ ਜਿਹੜਾ ਜਿਹੜਾ ਲਿੱਤਾ ਵਟਸਐਪ ਉਹਦੇ ਚ ਆਟੋਮੈਟਿਕ ਰਿਸਪਾਂਸ ਹੈ ਤੁਸੀਂ ਮੈਸੇਜ ਭੇਜੂਗੇ ਤੁਹਾਨੂੰ ਕੰਪਿਊਟਰ ਰਿਪਲਾਈ ਕਰੇਗਾ ਤੁਸੀਂ ਆਪਣਾ ਕੁਐਸਚਨ ਸਿਲੈਕਟ ਕਰੋਗੇ ਤੁਹਾਨੂੰ ਕੰਪਿਊਟਰ ਰਿਪਲਾਈ ਕਰੇਗਾ ਤੁਹਾਨੂੰ ਕੋਈ ਸਲਾਹ ਚਾਹੀਦੀ ਹੈ ਕੰਪਿਊਟਰ ਰਿਪਲਾਈ ਕਰੇਗਾ ਇਹ ਬਹੁਤ ਵੱਡੀ ਇਮੇਨ ਲੱਗਦਾ ਹੈ ਪੰਜਾਬ ਇਸ ਚੀਜ਼ ਦਾ ਲਾਹਾ ਟੱਕ ਸਕੇਗਾ ਬਿਨਾਂ ਸਰਕਾਰੀ ਸਪੋਰਟ ਤੋਂ ਇਸ ਉਮਰ ਦੇ ਵਿੱਚ ਜਿਹੜਾ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਇਆ ਨਾ ਤੁਸੀਂ ਮੇਰੇ ਲਈ ਰੱਬ ਹੋ ਮੈਂ ਤਾਂ ਇਹੀ ਸੋਚਦਾ ਰਹਿੰਦਾ ਸੀਗਾ ਕਿ ਸ਼ਾਇਦ ਮੇਰੀ ਸ਼ਕਲ ਤੇ ਮੇਰੇ ਵਾਲਾਂ ਦੀ ਕਟਿੰਗ ਤੇ ਲੋਕ ਮੇਰੇ ਤੇ ਵਿਸ਼ਵਾਸ ਨਹੀਂ ਕਰਨਗੇ ਕਿ ਛੋਟੀ ਜੀ ਉਮਰ ਦਾ ਮੁੰਡਾ ਹੈ ਪੈਸੇ ਖਾ ਦੇਗਾ ਛੋਟੀ ਜੀ ਉਮਰ ਦਾ ਮੁੰਡਾ ਇਹ ਕਿੱਥੋਂ ਐਨਜੀਓ ਚਲਾ ਲੇਗਾ ਇਹ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲ ਪਰ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਇਆ ਮੇਰੇ ਤੇ ਇਤਬਾਰ ਕੀਤਾ ਮੈਂ ਧੰਨਵਾਦੀ ਹਾਂ ਤੁਹਾਨੂੰ ਪੂਜਣ ਦਾ ਦਮ ਰੱਖਦਾ ਕਿ ਤੁਸੀਂ ਮੇਰੇ ਲਈ ਪਰਮਾਤਮਾ ਤੋਂ ਘੱਟ ਨਹੀਂ ਹੈਗੇ ਜਿਨ੍ਹਾਂ ਨੇ ਜਗ੍ਹਾ ਲੈ ਕੇ ਦਿੱਤੀ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਬੜਾ ਧੰਨਵਾਦੀ ਆ ਬਹੁਤ ਧੰਨਵਾਦੀ ਆ ਇਸ ਵੀਡੀਓ ਨੂੰ ਵਕਤ ਤੋਂ ਬਾਅਦ ਸ਼ੇਅਰ ਕਰੋ ਤੇ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਇਸ ਪੇਜ ਨੂੰ ਲਾਈਕ ਕਰਕੇ ਏਕ ਜ਼ਰੀਆ ਨੂੰ ਲਾਈਕ ਕਰਕੇ ਇੰਸਟਾਗ੍ਰam ਫੇਸਬੁਕ ਤੇ ਜੁੜੇ ਰਹੋ ਸਲਾਹਾਂ ਆਪਣੀਆਂ ਦਿੰਦੇ ਰਹੋ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਮਿਲੋ ਕਾਲ ਕਰਕੇ ਲੋਕ ਭਲਾਈ 'ਚ ਤੁਸੀਂ ਕੋਈ ਸਾਨੂੰ ਸਲਾਹ ਦੇਣਾ ਚਾਹੁੰਦੇ ਹੋ ਸਾਨੂੰ ਜਰੂਰ ਫੋਨ ਕਰੋ ਮਿਲੋ ਜੇ ਕੋਈ ਸਲਾਹ ਲੈਣਾ ਚਾਹੁੰਦੇ ਹੋ ਸਾਨੂੰ ਫੋਨ ਕਰੋ ਇੱਕ ਵਾਰੀ ਫੇਰ ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਉਹ ਪ੍ਰਭੂ ਰਾਮ ਕਿਰਪਾ ਕਰੇ ਕਿ ਇਸੇ ਜਗ੍ਹਾ ਬਣੇ ਜਲਦੀ ਤੇ ਲੋਕ ਇਹਦਾ ਫਾਇਦਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ ਵੀਡੀਓ ਨੂੰ ਸ਼ੇਅਰ ਕਰਿਓ